ਵੈਸੇ ਤਾਂ ਦੇਸ਼ ਨੂੰ ਆਜ਼ਾਦ ਹੋਏ 72 ਸਾਲ ਬੀਤ ਚੁੱਕੇ ਨੇ, ਪਰ ਅੱਜ ਵੀ ਦੇਸ਼ ਦੀ ਜ਼ਿਆਦਾਤਰ ਆਬਾਦੀ ਮੂਲਭੂਤ ਸੁਵਿਧਾਵਾਂ ਤੋਂ ਵੰਚਿਤ ਹੈ। ਦੇਸ਼ ਦੇ ਰਾਜਨੀਤਿਕ ਲੋਕ ਚੋਣਾਂ ਸਮੇਂ ਆਮ ਲੋਕਾਂ ਨਾਲ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਵੱਡੇ ਵੱਡੇ ਵਾਅਦੇ ਕਰਦੇ ਨੇ, ਪਰ ਸੱਤਾ ਵਿੱਚ ਜਦੋਂ ਆਉਂਦੇ ਨੇ ਤਾਂ ਸਭ ਵਾਅਦੇ ਹਵਾ ਹੋ ਜਾਂਦੇ ਨੇ। ਆਮ ਜਨਤਾ ਆਪਣੀ ਖੂਨ ਪਸੀਨੇ ਦੀ ਕਮਾਈ ਮਹਿੰਗੇ ਹਸਪਤਾਲਾਂ ਵਿੱਚ ਇਲਾਜ ਕਰਵਾਉਣ 'ਤੇ ਖਰਚ ਕਰ ਦਿੰਦੀ ਹੈ। ਕੁਝ ਇਸੇ ਤਰ੍ਹਾਂ ਦਾ ਮਾਮਲਾ ਵੇਖਣ ਨੂੰ ਮਿਲਿਆ ਪਾਇਲ ਦੇ ਵਿਧਾਨ ਸਭਾ ਖੇਤਰ ਦੇ ਪਿੰਡ ਕੱਦੋ ਵਿੱਚ, ਜਿੱਥੇ ਪਿੰਡ ਵਾਸੀਆਂ ਮੁਤਾਬਕ ਸਾਫ਼ ਸਫਾਈ ਨਾ ਹੋਣ ਕਰਕੇ ਬਿਮਾਰੀ ਫੈਲ ਰਹੀ ਹੈ ਅਤੇ 35 ਤੋਂ 40 ਮੌਤਾਂ ਡੇਂਗੂ ਦੇ ਕਾਰਨ ਹੋ ਚੁੱਕੀਆਂ ਨੇ ਅਤੇ ਘਰ ਦੇ ਮੈਂਬਰ ਵੀ ਬਿਮਾਰੀ ਦੀ ਚਪੇਟ ਵਿੱਚ ਲਗਾਤਾਰ ਆ ਰਹੇ ਨੇ। ਜੀ, ਇੱਥੇ ਦਾ ਘਟੀਆ ਪ੍ਰਸ਼ਾਸਨ ਆ, ਜਿਹੜਾ MLA ਆ ਉਹ ਸਿਰਫ ਆਪਣੀਆਂ ਸੈਰਾਂ 'ਤੇ ਆ, ਉਹਨੂੰ ਕੋਈ ਪੈਰ ਹਲਕੇ ਦਾ ਕੋਈ ਦਰਦ ਨਹੀਂ ਹੈ। MLA ਨੇ 2.5 ਸਾਲ ਪਹਿਲਾਂ ਸਰਕਾਰ ਬਣਨ ਦੇ ਐਲਾਨ ਕਰਿਆ ਸੀ ਵੀ 50 ਬੈੱਡਾਂ ਦਾ ਜਿਹੜਾ ਹੋਸਪਿਟਲ ਹੈ ਉਹ ਦਰਾਹੇ ਵਿੱਚ ਖੋਲ੍ਹਿਆ ਜਾਊਗਾ, ਉਹ ਅੱਜ ਤੱਕ ਦੇਖ ਨਹੀਂ ਰਿਹਾ। ਇੱਕ ਇੱਥੋਂ 6 ਕਿਲੋਮੀਟਰ ਦੂਰ 7 ਕਿਲੋਮੀਟਰ ਪੈਲ ਆ, ਪੈਲ ਸਿਵਲ ਹਸਪਤਾਲ ਦੇ ਵਿੱਚ ਕੋਈ ਡਾਕਟਰ ਨਹੀਂ ਹੈ, ਕੋਈ ਦਵਾਈ ਨਹੀਂ ਹੈ। ਜਿਹੜੇ ਇੱਥੇ ਕਾਬਲ ਡਾਕਟਰ ਸੀਗੇ ਉਹ ਸਾਰਿਆਂ ਦੀ ਡਿਊਟੀ ਇਹਨਾਂ ਨੇ ਕਰਤਾਰਪੁਰ ਲਗਾਈ ਹੋਈ ਹੈ। ਮਤਲਬ ਕੀ ਆ, ਇੱਥੇ ਜਿਹੜਾ ਓਵਰਆਲ ਆ ਜਿਹੜਾ MLA ਆ ਉਹ ਲੋਕਾਂ ਨੇ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਕਿਸ ਆਧਾਰ 'ਤੇ ਚੁਣਿਆ ਉਹਨੂੰ। ਉਹਦੀ 1% ਵੀ ਜ਼ਿੰਮੇਵਾਰੀ ਨਹੀਂ ਹੈ, ਉਹ ਆਪਣੀ ਜ਼ਿੰਮੇਵਾਰੀ ਤੋਂ ਪੂਰੀ ਤਰ੍ਹਾਂ ਭੱਜ ਚੁੱਕਿਆ। ਨਸ਼ਾ ਔਰ ਬਿਮਾਰੀ, ਐਜੂਕੇਸ਼ਨ ਦਾ ਬੁਰਾ ਹਾਲ ਆ ਪੈਲ ਹਲਕੇ ਦੇ ਵਿੱਚ। ਇਹ ਪਿੰਡ ਕੱਦੋਂ ਦੇ ਵਿੱਚ 35 ਤੋਂ 40 ਮੌਤਾਂ ਹੋ ਚੁੱਕੀਆਂ ਨੇ ਡਿਊ ਟੂ ਡੇਂਗੂ ਔਰ ਜਿਹੜਾ ਖਰਾਬ ਇਨਵਾਇਰਮੈਂਟ ਆ ਉਹਦੇ ਕਰਕੇ। ਇੱਥੇ ਤਕਰੀਬਨ ਵੀ 1.5-2 ਮਹੀਨਿਆਂ ਦੇ ਵਿੱਚ 40-45 ਮੌਤਾਂ ਹੋ ਚੁੱਕੀਆਂ ਨੇ। ਕਾਰਨ ਇਹੀ ਆ ਵੀ ਸੈੱਲ ਜਾਂ ਡੇਂਗੂ, ਅਤੇ ਇਹੀ ਕਾਰਨ ਨੇ, ਦੋਨੋਂ ਹੀ ਹੋ ਰਹੇ ਨੇ। ਅਤੇ ਉਰੇ ਕੋਈ ਪ੍ਰਬੰਧ ਨਹੀਂ ਹੈ? ਨਹੀਂ, ਪ੍ਰਬੰਧ ਕੋਈ ਨਹੀਂ ਗਾ ਜੀ। ਇੱਥੇ ਲਾ ਲਓ ਵੀ 2 ਵਜੇ ਤੱਕ ਰਹਿੰਦੇ ਨੇ, ਜੇ ਇੱਥੋਂ ਲਾ ਲਓ ਬੁਖਾਰ ਦੀ ਜਾਂ ਸਿਰ ਦੁੱਧ ਦੀ ਕੋਈ ਵੀ ਮੈਡੀਸਨ ਲੈਂਦੇ ਹਾਂ ਅਤੇ ਉਹ ਵੀ ਨਹੀਂ ਕਈ ਵਾਰੀ ਇਹਨਾਂ ਕੋਲ ਹੁੰਦੀ, ਉਹ ਵੀ ਕਹਿੰਦੇ ਨਹੀਂ, ਹੈ ਨਹੀਂ ਕਿ ਕੱਲ੍ਹ ਆ ਜਾਓ। ਅਤੇ ਕਦੇ ਤੁਸੀਂ ਇਹ ਗੱਲ ਉੱਚ ਅਧਿਕਾਰੀਆਂ ਤੱਕ ਪਹੁੰਚਾਈ ਹੈ? ਉੱਚ ਅਧਿਕਾਰੀਆਂ ਕੋਲ ਹੀ, ਉਹ ਵੀ ਇੱਥੇ ਆ ਕੇ ਕੈਂਪ ਕੁੰਪ ਲਾ ਕੇ ਜਾਂਦੇ ਨੇ ਅਤੇ ਉੱਦਾਂ ਵੀ ਫੋਟੋ ਆਪਦੀ ਸ਼ੋਅ ਖਾਤਰ ਉਹ ਕਰਕੇ ਵੀਡੀਓ ਜਾਂ ਬਣਾ ਕੇ ਉਹ ਆਪਦੀ ਲੈ ਜਾਂਦੇ ਆ। ਅੱਛਾ, ਉਸ ਤੋਂ ਇਲਾਵਾ ਕੁਛ ਨਹੀਂ? ਅਤੇ ਇਸ ਤੋਂ ਇਲਾਵਾ ਵੀ ਜੋ ਆਪਣੇ ਪਿੰਡ ਦੇ ਵਿੱਚ ਇੰਡਸਟਰੀ ਲੱਗ ਰਹੀ ਆ ਅਤੇ ਉਹ ਫੈਕਟਰੀਆਂ ਸਿੱਧਾ ਜੋ ਵੀ ਤੇਜ਼ਾਬੀ ਪਾਣੀ ਆ ਉਹ ਧਰਤੀ ਦੇ ਵਿੱਚ ਸਿੱਟ ਰਹੀਆਂ ਨੇ ਅਤੇ ਉਹ ਕੋਈ ਫਿਲਟਰ ਨਹੀਂ ਗਾ ਕਿਸੇ ਫੈਕਟਰੀ ਦੇ ਵਿੱਚ, ਕੋਈ ਉਹਨੂੰ ਸਹੂਲਤ ਨਹੀਂ ਗੀ, ਕੁਛ ਪੈਦਾ ਦਾ ਕੁਛ ਉਹਨੂੰ ਵੀ ਲਾ ਲਓ ਹੈ ਨਹੀਂ ਗਾ। ਅਤੇ ਅਸੀਂ ਇੱਕ ਇਹ ਕਹਿੰਦੇ ਹਾਂ ਵੀ ਲੱਖ ਜੋ MLA ਆ ਹਲਕਾ ਪੈਲ ਦਾ ਉਹ ਕਹਿ ਰਿਹਾ ਸੀਗਾ ਕਿ ਦਰਾਹੇ ਦੇ ਵਿੱਚ ਨਾ ਇੱਕ 50 ਬੈੱਡਾਂ ਦਾ ਕੋਈ ਹੋਸਪਿਟਲ ਬਣ ਰਿਹਾ, ਉਹ ਸਾਨੂੰ ਲੱਭਿਆ ਹੀ ਨਹੀਂ ਗਾ। ਸਾਨੂੰ ਉਹਦੀ ਲੋੜ ਹੋਣਾ ਨਾ, ਜਦੋਂ ਬੰਦੇ ਵੀ ਲਾ ਲਓ ਪਿੰਡ ਦੇ ਵਿੱਚ ਖਤਮ ਹੋ ਗਏ ਉਦੋਂ ਅਸੀਂ ਕੀ ਕਰਨਾ ਵਾ? ਸਾਨੂੰ ਉਹਦੀ ਲੋੜ, ਜੋ 50 ਬੈੱਡਾਂ ਦਾ ਉਹ ਕਹਿ ਰਿਹਾ ਸੀਗਾ ਹੋਸਪਿਟਲ, ਸਾਨੂੰ ਉਹਦੀ ਅੱਜ ਲੋੜ ਆ, ਸਾਨੂੰ ਤਾਂ ਉਹ ਲੱਭੇ ਨਹੀਂ ਰਿਹਾ ਕਿੱਥੇ ਆ। ਜੀ, 2 ਦਿਨ ਤਾਂ ਘਰ ਬਿਮਾਰ ਹੋ ਗਿਆ ਜੀ, ਇਲਾਜ ਡਾਕਟਰ ਨੂੰ ਕਰਾਉਂਦੇ ਰਹੇ, ਫਿਰ ਅਸੀਂ ਭੰਗੂ ਦਾ ਹਸਪਤਾਲ ਚਲੇ ਗਏ, ਉੱਥੋਂ ਜੀ ਉਹਨਾਂ ਨੇ ਪਰਚਾ ਜੀ ਫੋਲੋ ਦਾ ਕੱਟਤਾ ਜੀ। ਅਤੇ ਕਿੰਨੀ ਕੁ ਉਮਰ ਕਿੰਨੀ ਸੀ ਉਹਨਾਂ ਦੀ? ਉਮਰ 27 ਸਾਲ ਦੀ। ਅਤੇ ਵਿਆਹ ਰੱਖਿਆ ਹੋਇਆ ਸੀ? ਹਾਂਜੀ, ਵਿਆਹ ਰੱਖਿਆ ਹੋਇਆ ਸੀਗਾ, 2 ਤਰੀਕ ਦਾ ਵਿਆਹ ਸੀਗਾ ਜੀ। 2-10 ਦੀ ਬਰਾਤ ਜਾਂਦੀ। ਕਦੋਂ ਡੈਥ ਹੋਈ ਉਹਨਾਂ ਦੀ? 15 ਤਰੀਕ ਨੂੰ ਹੋਈ ਹੈ ਜੀ। ਅਤੇ ਕੁਝ ਦੱਸਿਆ ਡਾਕਟਰ ਨੇ ਕਾਰਨ ਕੀ ਰਿਹਾ ਡੈਥ ਦਾ? ਡੈਮੂ ਹੋਇਆ ਜੀ। ਇਸ ਸੰਬੰਧ ਵਿੱਚ ਹਸਪਤਾਲ ਦੀ SMO ਨਾਲ ਗੱਲ ਕਰਨੀ ਚਾਹੀਦੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੌਤਾਂ ਦੀ ਵਜ੍ਹਾ ਕੋਈ ਹੋਰ ਹੋ ਸਕਦੀ ਹੈ। ਉਹਨਾਂ ਦੀ ਟੀਮ ਘਰ ਘਰ ਜਾ ਕੇ ਜਾਗਰੂਕਤਾ ਫੈਲਾ ਰਹੀ ਹੈ।
ਦੇਖੋ ਜ਼ਰੂਰੀ ਆਪਾਂ ਜਦੋਂ ਡੈਂਗੂ ਫੈਲਦਾ ਨਾ ਤਾਂ ਆਪਾਂ ਸੋਚਦੇ ਕਿ ਸਾਰਾ ਕੁਛ ਉਹਦੇ ਕਰਕੇ ਹੋਇਆ, ਬੁਖਾਰ ਦੇ ਕਈ ਕਾਰਨ ਹੁੰਦੇ ਆ ਨਾ, ਉਹ ਕਿਸੇ ਕਾਰਨ ਕਰਕੇ ਵੀ ਹੋ ਸਕਦਾ, ਉਹ ਸਾਰੇ ਡਾਇਗਨੋਸ ਉਸ 'ਚ ਉਸ 'ਚ ਨਹੀਂ ਹੋਇਆ ਕਿ ਵੀ ਉਹ ਡੈਂਗੂ ਕਰਕੇ ਹੀ ਹੋਇਆ, ਤਾਂ ਉਹਦੇ ਡਿਫਰੈਂਟ ਡਿਫਰੈਂਟ ਰੀਜ਼ਨ ਸੀਗੇ, ਪਰ ਕਿਉਂਕਿ ਇਹ ਬਹੁਤ ਐਂਡੈਮਿਕ ਹੋ ਰਿਹਾ, ਬਹੁਤ ਜ਼ਿਆਦਾ ਹੋ ਰਿਹਾ ਅਤੇ ਲੋਕ ਉਹਨੂੰ ਉਸੇ ਸ਼੍ਰੇਣੀ 'ਚ ਪਾ ਰਹੇ ਹੈਗੇ ਆ। ਬਾਕੀ ਅਸੀਂ ਸਿਹਤ ਵਿਭਾਗ ਵੱਲੋਂ ਸਾਡੇ ਵੱਲੋਂ ਅਸੀਂ ਆਪਣੀ ਟੀਮਾਂ ਬਣਾਈਆਂ ਹੋਈਆਂ ਹੈ, ਉਹ ਘਰੋ ਘਰੀ ਡੋਰ ਟੂ ਡੋਰ ਸਰਵੇ ਕਰ ਰਹੀਆਂ, ਲੋਕਾਂ ਨੂੰ ਆਗਾਹ ਕਰ ਰਹੀਆਂ, ਪੈਂਪਲੇਟਸ ਵੱਢੇ ਜਾ ਰਹੇ ਹੈਗੇ ਆ, ਪੋਸਟਰਸ ਲੱਗੇ ਹੋਏ ਆ, ਅਤੇ ਅਸੀਂ ਉਹਨਾਂ ਨੂੰ ਆਪਣੇ ਜਿਹੜੇ ਸਾਡੇ ਵਰਕਰਸ ਹੈ ਉਹ ਮਤਲਬ ਇਸ ਕੰਮ 'ਤੇ ਜਿਹਦੇ ਵਿੱਚ ਆਸ਼ਾ ਵਰਕਰਸ ਲੱਗੀਆਂ ਹੋਈਆਂ, ਏਐਨਐਮਸ ਲੱਗੀਆਂ ਹੋਈਆਂ, ਹੈ ਨਾ, ਉਹ ਲੋਕਾਂ ਨੂੰ ਸਾਡਾ ਕੰਮ ਤਾਂ ਇਹ ਅਗਾਹ ਕਰਨਾ ਕਿ ਜਿਹੜਾ ਬੁਖਾਰ ਹੈਗਾ ਉਹਨੂੰ ਜਲਦੀ ਤੋਂ ਜਲਦੀ ਉਹਦੀ ਇੰਟਰਵੈਂਸ਼ਨ ਕਰਕੇ ਉਹਦੇ ਇਨਵੈਸਟੀਗੇਟ ਕਰਾਇਆ ਜਾਵੇ ਅਤੇ ਉਹਨੂੰ ਆਪਣੇ ਮਤਲਬ ਉਹਦਾ ਟ੍ਰੀਟਮੈਂਟ ਕੀਤਾ ਜਾਵੇ। ਲੋਕਾਂ ਨੂੰ ਇਹਦੇ ਲਈ ਕੀ ਅਵੇਅਰ ਕਰ ਰਹੇ ਹੋ ਤੁਸੀਂ ਵੀ, ਕੀ ਕਰਨਾ ਚਾਹੀਦਾ? ਤੁਹਾਨੂੰ ਦੱਸਿਆ ਤਾਂ ਹੈਗਾ ਕਿ ਵੀ ਬੁਖਾਰ ਜਿਹੜਾ ਚੜ੍ਹਦਾ ਹੈ ਅਗਰ ਤੁਹਾਨੂੰ ਕਿਸੇ ਵੀ ਮਰੀਜ਼ ਨੂੰ, ਉਹ ਆਪਣਾ ਕੀ ਕੀਤਾ ਜਲਦੀ ਤੋਂ ਜਲਦੀ ਆਪਣੇ ਨਜ਼ਦੀਕੀ ਹਸਪਤਾਲ ਜਾ ਕੇ ਡਾਕਟਰ ਨੂੰ ਦਿਖਾਇਆ ਜਾਵੇ, ਇਨਵੈਸਟੀਗੇਸ਼ਨ ਕਰਾਈਆਂ ਜਾਣ, ਅਤੇ ਜਿਹੜੇ ਵਰਕਰ ਹੈ, ਜਿਹੜਾ ਆਪਾਂ ਕਹਿੰਦੇ ਹਾਂ ਕਿ ਜਿਹੜਾ ਡੈਂਗੂ ਵਾਲਾ ਮੱਛਰ ਹੈਗਾ ਉਹ ਦਿਨ ਦੇ ਵੇਲੇ ਜ਼ਿਆਦਾ ਹੁੰਦਾ, ਪਾਣੀ ਦੇ ਵਿੱਚ ਹੁੰਦਾ ਹੈਗਾ, ਹੈ ਨਾ, ਅਤੇ ਆਪਣੇ ਕੱਪੜੇ ਆਪਣਾ ਪੂਰਾ ਆਪਣੇ ਆਪ ਨੂੰ ਕਵਰ ਕਰਕੇ ਰੱਖੋ, ਹੈ ਨਾ, ਅਤੇ ਉਹਦਾ ਜਿਹੜਾ ਅਸੀਂ ਛਿੜਕਾਅ ਕਰਨਾ ਉਹਦਾ ਮਟੀਰੀਅਲ ਦਾ, ਉਹ ਵੀ ਸਾਰਾ ਕੁਛ ਮਤਲਬ ਆਪਾਂ ਕਰ ਰਹੇ ਹੈਗੇ। ਅੱਛਾ ਮੈਮ, ਜਿਹੜੀ ਇੱਕ ਕਦੋਂ ਪਿੰਡ ਡਿਸਪੈਂਸਰੀ ਹੈਗੀ ਉੱਥੇ ਇੱਕ ਫਾਰਮਾਸਿਸਟ ਸਿਰਫ ਹੈਗਾ, ਪਰ ਉਹ ਉੱਥੇ ਪਿੰਡ ਵਾਸੀਆਂ ਦਾ ਕਹਿਣਾ ਵੀ ਉਹ ਆਉਂਦਾ ਵੀ ਹੈ ਨਹੀਂ, ਇੱਕ ਹਫ਼ਤੇ ਵਿੱਚ ਸਿਰਫ ਇੱਕ ਜਾਂ ਦੋ ਵਾਰ ਆਉਂਦਾ, ਪਰ ਉੱਥੇ ਕੋਈ ਮੈਡੀਸਨ ਵੀ ਨਹੀਂ ਮਿਲ ਰਹੀ ਹੈਗੀ ਜਿਹੜੀ ਡਿਸਪੈਂਸਰੀ ਦੇ ਵਿੱਚ, ਇਹ ਕੀ ਆ ਕਾਰਨ ਜੀ ਹੋ ਸਕਦਾ? ਨਹੀਂ ਦੇਖੋ, ਡਿਸਪੈਂਸਰੀ ਆ ਜੋ ਸਾਨੂੰ ਪਿੱਛੋਂ ਆਉਂਦਾ ਉਹ ਸਾਰਾ ਕੁਛ ਉੱਥੇ ਸਪਲਾਈ ਕੀਤਾ ਜਾਂਦਾ, ਹੁਣ ਸਟਾਫ ਦੀ ਘਾਟ ਤਾਂ ਹੈਗੀ ਹੋਈ ਹੈ ਸਾਡੇ ਕੋਲ, ਹੈ ਨਾ, ਜਿਹੜਾ ਵਰਕਰ ਹੈ ਉਹਨੇ ਕਈ ਕਈ ਹੋਰ ਕਈ ਉਹਦੇ ਪ੍ਰੋਜੈਕਟਸ ਹੁੰਦੇ ਆ ਉੱਥੇ ਜਾਣਾ ਹੁੰਦਾ ਹੈਗਾ, ਸੋ ਦਵਾਈ ਤਾਂ ਜਿਹੜੀ ਸਾਡੇ ਕੋਲ ਬਣਦੀ ਹੈ ਸਾਡੇ ਮਤਲਬ ਜੋ ਮਿਲਦੀ ਹੈ ਉੱਪਰੋਂ ਉਹਦੇ ਹਿਸਾਬ ਨਾਲ ਸਾਡੀ ਦਵਾਈ ਚਲੀ ਜਾਂਦੀ ਉੱਥੇ, ਕੋਈ ਉਹਦਾ ਇੱਦਾਂ ਚੱਕਰ ਨਹੀਂ ਹੁੰਦਾ। ਹੁਣ ਕਈ ਪੇਸ਼ੈਂਟ ਦੀ ਮਤਲਬ ਅਗਰ ਉੱਥੇ ਨਹੀਂ ਹੁੰਦੇ ਕੋਈ ਅਵੇਲੇਬਲ ਹੈ ਸਾਡੇ ਕੋਲ, ਉੱਥੇ ਐਮ ਟੀ ਮੈਡੀਸਨ ਡਾਕਟਰ ਵੀ ਹੈਗਾ, ਇੱਥੇ ਆ ਕੇ ਲੋਕ ਆਪਣਾ ਚੈੱਕ ਕਰਾ ਦਿੰਦੇ। ਬਹਿਰਹਾਲ ਹਸਪਤਾਲ ਪ੍ਰਬੰਧਨ ਆਪਣਾ ਪੱਲਾ ਇਹ ਕਹਿ ਕੇ ਝਾੜ ਰਿਹਾ ਕਿ ਉਹਨਾਂ ਕੋਲ ਸਟਾਫ ਦੀ ਕਮੀ ਹੈ। ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਸਭ ਲਈ ਹੁਣ ਜ਼ਿੰਮੇਵਾਰ ਕੌਣ ਹੈ। ਖੰਨਾ ਤੋਂ ਰਵਿੰਦਰ ਸਿੰਘ ਢਿੱਲੋਂ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਮਨਮਰਜ਼ੀ ਦਾ ਕਾਲਜ ਚੁਣਨਾ ਚਾਹੁੰਦੇ ਹੋ, ਮਈ ਔਰ ਸਪਤੰਬਰ 2020 ਦੇ ਸੈਸ਼ਨ ਲਈ ਟਾਈਮ ਸਿਰ ਦਾਖਲਾ ਅਪਲਾਈ ਕਰਨ ਦਾ, ਜਿਹੜੇ ਬੱਚੇ ਲਾਇਕ ਹੈ, ਨੰਬਰ ਚੰਗੇ ਹੈ, ਉਹਨਾਂ ਨੂੰ $5,000 ਤੱਕ ਦੀ ਸਕਾਲਰਸ਼ਿਪ ਵੀ ਮਿਲ ਸਕਦੀ ਹੈ। ਪਿਰਾਮਿਡ ਸਰਵਿਸਿਜ਼ ਨਾਲ ਅਪਲਾਈ ਕਰੋ, ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।